ਯੂ ਆਕਾਸ਼ਵਾਣੀ ਜੰਮੂ ਹੈ ਅਬਦੁਲ ਮਜੀਦ ਦੀ ਖਬਰ ਸੁਣੋ। ਸਿਹਤ ਤੇ ਤਿੱਬੀ ਤਾਲੀਮ ਮਹਿਕਮਾ ਕਮਾਲੀ ਕਮਿਸ਼ਨਰ ਡਾਕਟਰ ਡੁੱਲੂ ਨੇ ਕੱਲ੍ਹ ਅਫਸਰਾਂ ਕੀ ਇੱਕ ਮੀਟਿੰਗ ਕੀ ਸਿਦਾਰਤ ਕਰਦਾ ਵਾਂ ਕੋਵਿਡ-19 ਵੈਕਸੀਨ ਕੀ ਤਿਆਰੀਆਂ ਕੋ ਜਾਇਜ਼ਾ ਲਿਓ ਅਤੇ ਉਮੀਦ ਹੈ ਜੀ ਜਾਂ ਵੈਕਸੀਨ 15 ਜਨਵਰੀ 2021 ਕੇ ਬਾਅਦ ਸ਼ੁਰੂ ਕੀ ਜਾਏਗੀ। ਇਸਕੇ ਇਲਾਵਾ ਮੀਟਿੰਗ ਮਾਂ ਜੰਮੂ ਕਸ਼ਮੀਰ ਮਾਂ ਆਯੁਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਆਰੋਗਿਆ ਯੋਜਨਾ ਸਿਹਤ ਸਕੀਮ ਕਾ ਨਿਫਾਸ ਕੋ ਵੀ ਜਾਇਜ਼ਾ ਲਿਓ ਗਿਓ। ਮਾਲੀ ਕਮਿਸ਼ਨ ਨੇ ਯੂਕੇ ਤੋਂ ਵਾਪਸ ਆਇਆ ਲੋਕਾਂ ਬਾਰੇ ਇੰਤਜ਼ਾਮਾਤ ਕੇ ਇਲਾਵਾ ਜਨ ਔਸ਼ਧੀ ਔਰ ਅੰਮ੍ਰਿਤ ਸਟੋਰ ਵਗੈਰਾ ਕਾ ਕੰਮਕਾਜ ਬਾਰੇ ਵੀ ਜਾਣਿਓ ਪਾਲਿਓ। ਮੀਟਿੰਗ ਮਾਂ ਦੱਸਿਆ ਗਿਆ ਕਿ ਕੋਵਿਡ-19 ਵੈਕਸੀਨ ਮੁਤਾਰਫ ਹੋਣ ਕਾ ਪਹਿਲਾ ਮਰਹਲਾ ਕੇ ਦੌਰਾਨ ਮਹਿਕਮਾ ਸਿਹਤ ਅਗਲੀ ਸਾਫ ਮਾਂ ਕੰਮ ਕਰ ਰਿਹਾ ਲੋਕਾਂ ਦੇ ਨਾਲ 50 ਤੋਂ ਜ਼ਿਆਦਾ ਉਮਰ ਕਾ ਲੋਕਾਂ ਨਾਲ ਵੀ ਵੈਕਸੀਨ ਦਿੱਤੀ ਜਾਏਗੀ ਜਿਹੜਾ ਕਿਸੇ ਖਤਰਨਾਕ ਬਿਮਾਰੀ ਮਾਂ ਮੁਬਤਲਾ ਏ ਅਤੇ ਇਸ ਵੈਕਸੀਨ ਫਰਾਮ ਕਰਨ ਕਾ ਦੂਜਾ ਮਰਹਲਾ ਵੈਕਸੀਨ ਕੀ ਫਰਾਹਮੀ ਕੀ ਬਣਾਵਟ ਵਰ ਤੈਅ ਕੀਆ ਜਾਏਗਾ। ਆਯੁਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਆਰੋਗਿਆ ਯੋਜਨਾ ਸਿਹਤ ਸਕੀਮ ਬਾਰੇ ਮਾਲੀ ਕਮਿਸ਼ਨਰ ਨੇ ਹਰ ਜ਼ਿਲ੍ਹਾ ਮਾਂ ਅੰਦਰਾਜ ਅਤੇ ਪ੍ਰੋਗਰਾਮ ਬਾਰੇ ਦੂਜਾ ਪਹਿਲੂਆਂ ਕੋ 31 ਦਸੰਬਰ ਤੱਕ ਕੋ ਤਫਸੀਲੀ ਜਾਇਜ਼ਾ ਲਿਓ। ਯੂਕੇ ਤੋਂ ਵਾਪਸ ਆਇਆ ਲੋਕਾਂ ਬਾਰੇ ਮਾਲੀ ਕਮਿਸ਼ਨਰ ਮਸੂਫ ਨੇ ਅਫਸਰਾਂ ਨਾਲ ਇਨ ਲੋਕਾਂ ਦੀ ਤਲਾਸ਼ ਕਰਨ ਅਤੇ ਮੁਤਲਕਾ ਜ਼ਿਲ੍ਹਾ ਇੰਤਜ਼ਾਮੀਆਂ ਅਤੇ ਇਸ ਬਾਰੇ ਮਦਦ ਤਲਬ ਕਰਨ ਵਾਸਤੇ ਕਿਹਾ ਅਤੇ ਹਦਾਇਤ ਦਿੱਤੀ ਜੇ ਇਨ ਮੁਸਾਫਰਾਂ ਨਾਲ ਸਰਕਾਰੀ ਕਰਤੀਨਾ ਮਰਕਜ਼ਾਂ ਮਾਰ ਖਿਓ ਜੇ। ਮੀਟਿੰਗ ਦੇ ਦੌਰਾਨ ਆਯੁਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਆਰੋਗਿਆ ਯੋਜਨਾ ਸਿਹਤ ਸਕੀਮ ਬਾਰੇ ਕੋਈ ਵੀ ਸ਼ਿਕਾਇਤ ਦਰਜ ਕਰਾਉਣ ਵਾਸਤੇ ਇੱਕ ਟੋਲ ਫਰੀ ਨੰਬਰ 1455 ਵੀ ਦਿੱਤੋ ਗਿਓ। ਜਨਾਬ ਡੁੱਲੂ ਨੇ ਅਫਸਰਾਂ ਪਰ ਜ਼ੋਰ ਪਾਇਓ ਜੀ ਅੰਦਰਾਜ ਸ਼ੁਦਾ ਲੋਕਾਂ ਕਾ ਗੋਲਡਨ ਕਾਰਡ ਤਿਆਰ ਕਰਨ ਕਾ ਕੰਮ ਮਾਂ ਸੂਰਤ ਲਿਆ ਜਾਏ ਤਾਂ ਜੇ ਵੇ ਇਸ ਸਕੀਮ ਨਾਲ ਮੁਸਤਫੀਦ ਹੋ ਸਕੇ ਅਤੇ ਬਾਕੀ ਬੱਚਿਆਂ ਲੋਕਾਂ ਨਾਲ ਵੀ ਇਸ ਸਕੀਮ ਕਾ ਦਾਇਰਾ ਮਾਂ ਆਣਿਓ ਜੇ। ਸਰਕਾਰ ਨੇ ਮੁਲਕ ਭਰ ਮਾਂ ਹਮਗੀਰ ਟੀਕਾਕਾਰੀ ਪ੍ਰੋਗਰਾਮ ਯੂਨੀਵਰਸਲ ਇਮੂਨਾਈਜੇਸ਼ਨ ਪ੍ਰੋਗਰਾਮ ਔਰ ਕੋਵਿਡ-19 ਵੈਕਸੀਨੇਸ਼ਨ ਮੁਹਿੰਮ ਵਾਸਤੇ 83 ਕਰੋੜ ਸਰਿੰਜਾਂ ਕੋ ਹੁਕਮ ਜਾਰੀ ਕੀਤੇ ਹੋਏ। ਮਰਕਜ਼ੀ ਵਜ਼ਾਰਤ ਸਿਹਤ ਨੇ ਦੱਸਿਆ ਹੈ ਜੇ 35 ਕਰੋੜ ਮਜ਼ੀਦ ਸਰਿੰਜਾਂ ਵਾਸਤੇ ਬੋਲੀ ਤਲਬ ਕੀ ਗਈ ਹੈ। ਸਰਕਾਰ 30 ਕਰੋੜ ਅਫਰਾਧ ਨਾਲ ਕੋਵਿਡ-19 ਵੈਕਸੀਨ ਵਾਸਤੇ ਤਰਜੀਹ ਦੇ ਰਹੀ ਹੈ ਜਿਨ ਮਾਂ ਹੈਲਥ ਵਰਕਰ ਪਹਿਲੀ ਸਫ ਮਾਂ ਕੰਮ ਕਰਨ ਵਾਲਾ ਲੋਕ ਅਤੇ ਸਾਫ਼ ਸਫਾਈ ਕਰਨ ਵਾਲਾ ਲੋਕ ਸ਼ਾਮਿਲ ਹੈ। ਵਜ਼ੀਰ ਤਾਲੀਮ ਰਮੇਸ਼ ਪੋਖਰਿਆਲ ਨਿਸ਼ੰਕ ਨੇ ਕੱਲ੍ਹ 10ਵੀਂ ਔਰ 12ਵੀਂ ਜਮਾਤ ਕਾ CBSE ਬੋਰਡ ਇਮਤਿਹਾਨਾਤ ਕੀ ਤਾਰੀਖਾਂ ਕੋ ਐਲਾਨ ਕੀ ਹੋਏ ਅਤੇ ਜੇ ਇਮਤਿਹਾਨਾਤ 4 ਮਈ ਅਤੇ 10 ਜੂਨ 2021 ਤੱਕ ਮੁਨਕਦ ਹੋਵੇਗਾ ਅਤੇ ਇਮਤਿਹਾਨਾਤ ਕਾ ਨਤੀਜਾ ਕੋ ਐਲਾਨ 15 ਜੁਲਾਈ ਨਾ ਕੀ ਹੋ ਜਾਏਗਾ। 12ਵੀਂ ਜਮਾਤ ਕਾ ਪ੍ਰੈਕਟੀਕਲ ਇਮਤਿਹਾਨ 1 ਮਾਰਚ 2021 ਤੇ ਸ਼ੁਰੂ ਹੋ ਜਾਏਗਾ। ਵਜ਼ੀਰ ਤਾਲੀਮ ਨੇ ਅਸਾਤਜ਼ਾ ਔਰ ਬੱਚਿਆਂ ਕਾ ਵਾਲਦੇਨ ਕੀ ਕੋਵਿਡ-19 ਕੀ ਵਜ੍ਹਾ ਅਤੇ ਪੈਦਾਸ਼ੁਦਾ ਹਾਲਾਤ ਮਾਂ ਬੱਚਿਆਂ ਨਾਲ ਜ਼ਰੂਰੀ ਇਮਦਾਦ ਫਰਾਮ ਕਰਨ ਦੀ ਤਾਰੀਫ ਕੀ ਅਤੇ ਕਿਹਾ ਜੀ ਇਸ ਦੌਰਾਨ ਅਸਾਤਜ਼ਾ ਨੇ ਨਵਾਂ ਤਕਨੀਕ ਅਤੇ ਤਰੀਕਾ ਸੰਗ ਤਾਲਬਿਲਮਾਂ ਨਾਲ ਪੜ੍ਹਾਇਓ ਔਰ ਸਰਕਾਰ ਦੀ ਤਰਫੋਂ ਵੀ ਇਸ ਜ਼ਿਮਨ ਮਾਂ ਕਈ ਇਕਦਾਮ ਚਾਇਆ ਗਿਆ। ਵਜ਼ੀਰ ਤਾਲੀਮ ਨੇ ਮਜ਼ੀਦ ਦੱਸਿਓ ਕਿ ਕੋਵਿਡ-19 ਵਬਾ ਕੇ ਚਲਤੇ ਸਰਕਾਰ ਨੇ JEE ਔਰ NEET ਇਮਤਿਹਾਨਾਤ ਕਾਮਯਾਬੀ ਨਾਲ ਮੁਨਕਦ ਕਰਵਾਇਆ ਏ। LG ਕਾ ਸਲਾਹਕਾਰ ਰਾਜੀਵ ਰਾਏ ਭਟਨਾਗਰ ਨੇ ਕੱਲ੍ਹ ਸਿਵਲ ਸੈਕਟਰੀ ਜੰਮੂ ਮਾਂ ਇੱਕ ਮੀਟਿੰਗ ਸਟਾਰਟ ਕਰਤਾ ਮਾਂ ਹੁਨਰਮੰਦੀ ਕੀ ਤਰੱਕੀ ਬਾਰੇ ਮਹਿਕਮਾ ਸਕਿੱਲ ਡਿਵੈਲਪਮੈਂਟ ਡਿਪਾਰਟਮੈਂਟ ਕਾ ਕੰਮਕਾਜ ਕੋ ਮਜਮੂਈ ਤੌਰ ਪਰ ਜਾਇਜ਼ਾ ਲਿਓ। ਮੀਟਿੰਗ ਮਾਂ ਮਰਕਜ਼ੀ ਔਰ ਰਿਆਸਤੀ ਸਰਕਾਰ ਕੀ ਸਕੀਮਾਂ ਕੇ ਤਹਿਤ ਪ੍ਰੋਜੈਕਟਾਂ ਜਿਨ ਮਾਂ ਨਵਾਂ ਪੋਲੀਟੈਕਨਿਕ ਸ਼ਾਮਿਲ ਹੈ ਔਰ IIT ਸੈਕਟਰਾਂ ਬਾਰੇ ਤਫਸੀਲਨ ਜਾਣਕਾਰੀ ਦਿੱਤੀ ਗਈ। ਜੰਮੂ ਕਸ਼ਮੀਰ ਮਾਂ ਬੇਰੁਜ਼ਗਾਰੀ ਕਾ ਮਸਲਾ ਨਾਲ ਨਿਬੜਨ ਵਾਸਤੇ ਮਹਿਕਮਾ ਅਹਿਮ ਰੋਲ ਅਦਾ ਕਰ ਰਿਹਾ ਹੈ। ਸਲਾਹਕਾਰ ਭਟਨਾਗਰ ਨੇ ਮੁਤਲਕਾ ਅਫਸਰਾਂ ਨਾਲ ਹਦਾਇਤ ਜਾਰੀ ਕੀ ਜੇ ਨੌਜਵਾਨਾਂ ਨਾ ਹੁਨਰਮੰਦੀ ਮਾਂ ਜ਼ਰੂਰੀ ਸਲਾਹੀਅਤ ਮੁਹੱਈਆ ਕਰ ਗਏ ਬਾਖਤਿਆਰ ਬਣਾਉਣ ਨਾ ਯਕੀਨੀ ਬਣਾਉਣ ਦੀ ਅਣਥੱਕ ਕੋਸ਼ਿਸ਼ ਕੀ ਜੇ ਅਤੇ ਕੌਮੀ ਤਾਲੀਮੀ ਪਾਲਿਸੀ 2020 ਦੇ ਮੁਤਾਬਕ ਸਕੂਲ ਐਜੂਕੇਸ਼ਨ ਔਰ ਸਕਿੱਲ ਡਿਵੈਲਪਮੈਂਟ ਮਹਿਕਮਾ ਵਿਚਕਾਰ ਰਾਬਤੋ ਕਾਇਮ ਕਰਨ ਵਰ ਕੰਮ ਕੀ ਹੋ ਜੇ।
جناب بٹن ناگر نے مزید کیوں جی اعلیٰ تعلیم محکمہ کا اشتراک نال جموں کشمیر کا کالجہ ماکے پلا گئے طلبہ ماں بیداری پیدا کی جائے اور ویبینار اور آن لائن کونسلنگ نشست منعقد کر گئے لوکاں کے نال نال طلبہ نا سی آئی آئی ٹی یہ ذریعے مہیا کرایا جا رہا معیاری کورساں کی جانکاری دیتی جائے دستکاری کی ترقی بارے ادارہ سری نگر اور فوڈ کرافٹ انسٹیٹیوٹ جموں کا کام کاج کو بھی جناب بٹناگر نے جائزہ لیو اس کے نال ہی گوجری خبریں جو بلٹن ختم ہو